ਇੱਕ ਸਰਨੇ 'ਚ ਹੁਣੇ ਹੀ ਐਕਸੀਡੈਂਟ ਹੋਇਆ, ਉਹਦੇ ਵਿੱਚ ਗਊ ਮਾਤਾ ਦੀ ਇੱਕ ਦੀ ਡੈਥ ਹੋ ਗਈ ਆ ਕਿ ਕਾਰ ਦੇ ਨਾਲ ਉੱਧਰੋਂ ਕਾਰ ਆ ਰਹੀ ਕੋਈ ਤੇਜ਼ ਰਫ਼ਤਾਰ ਦੇ ਵਿੱਚ। ਮੈਂ ਸਾਰਿਆਂ ਦੇ ਅੱਗੇ ਅਪੀਲ ਕਰਦਾ ਕਿ ਜਿਹੜੇ ਵੀ ਗਊਆਂ ਨੂੰ ਅਸੀਂ ਦੁੱਧ ਕੱਢ ਕੇ ਜਾਂ ਕੁਛ ਕਰਕੇ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਹਾਂ, ਉਹ ਸਾਨੂੰ ਨਹੀਂ ਛੱਡਣਾ ਚਾਹੀਦਾ। ਅਤੇ ਉਹਦੇ ਨਾਲ ਨਾਲ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਨਾ ਕਿ ਜਿਹੜੀਆਂ ਵੀ ਇੱਥੇ ਗਊ ਲੋਕ ਛੱਡ ਦਿੰਦੇ ਆ ਉਹਦੇ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜਿੱਦਾਂ ਹੁਣ ਸਾਡੇ ਇੱਥੇ ਇੱਕ ਡੇਅਰੀ ਵਾਲ ਦੇ ਵਿੱਚ ਇਹਦੀ ਬਣੀ ਹੈ, ਕੀ ਕਹਿੰਦੇ, ਗਊਸ਼ਾਲਾ ਬਣੀ ਹੈ, ਉਹਦੇ ਵਿੱਚ ਜਿਹੜੀ ਅਵਾਰਾ ਇਹਨਾਂ ਨੂੰ ਗਾਈਆਂ ਲੱਭਦੀਆਂ ਜਾਂ ਕੁਛ ਵੀ ਹੈ, ਇਹਨਾਂ ਨੂੰ ਉੱਥੇ ਲੈ ਕੇ ਜਾਣਾ ਚਾਹੀਦਾ, ਉੱਥੇ ਦੇਖਭਾਲ ਕਰਨੀ ਚਾਹੀਦੀ ਹੈ। ਜਿਹੜੇ ਕਾਊ ਟੈਕਸ ਲੈਂਦੇ ਆ ਸਾਰੇ ਇਹਨਾਂ ਦੇ ਸਰਕਾਰਾਂ ਦੇ ਵਿੱਚ ਹੈ, ਉਹਦਾ ਕਿ ਇਹਨਾਂ ਨੂੰ ਕਰਨਾ ਚਾਹੀਦਾ। ਕਾਊ ਟੈਕਸ ਜੇ ਕੱਟਦੇ ਆ ਤਾਂ ਇਹਨਾਂ ਨੂੰ ਇੱਥੇ ਰੋਜ਼ ਸੁਣਨ 'ਚ ਆਉਂਦਾ ਕਿ ਇੱਥੇ ਕੋਈ ਹਾਦਸਾ ਹੋ ਗਿਆ ਜਾਂ ਕੁਛ ਹੋ ਗਿਆ, ਅਤੇ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਵੀ ਲੋਕਾਂ ਦਾ ਹੁੰਦਾ। ਅਤੇ ਮੇਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਜਿਹੜੇ ਵੀ ਲੋਕ ਛੱਡਦੇ ਆ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।